ਉਪ ਜੇਤੂ, ਕਿਹੜਾ ਖਿਡਾਰੀ ਬੈਸਟ ਰੇਟਰ ਬਣ ਕੇ ਮੋਟਰਸਾਈਕਲ ਪ੍ਰਾਪਤ ਕਰੂ, ਕਿਹੜਾ ਖਿਡਾਰੀ ਬੈਸਟ ਸਟਾਪਰ ਬਣ ਕੇ ਮੋਟਰਸਾਈਕਲ ਪ੍ਰਾਪਤ ਕਰੂ, ਇਹ ਸਮੇਂ ਦੀਆਂ ਗੱਲਾਂ ਹੋਣਗੀਆਂ। ਬਹੁਤ ਹੀ ਸਤਿਕਾਰਯੋਗ ਬਿੱਟੂ ਜਸਪਾਲ ਬਾਂਗਰਾ ਜੀ ਹੁਣਾਂ ਵੱਲੋਂ 2 ਮਿੰਟ ਦਾ ਸਮਾਂ ਦੀ ਟੀਮਾਂ ਨੂੰ ਲਾਓ ਖੇਡ ਮੈਦਾਨ ਦੇ ਅੰਦਰ। ਮਾਲਵਾ ਕਬੱਡੀ ਕਲੱਬ ਜਗਰਾਵਾਂ ਦੀ ਟੀਮ ਪਹੁੰਚੀ। ਇੱਕ ਵਾਰ ਦਰਸ਼ਕ ਵੀਰੋ ਤਾੜੀਆਂ ਮਾਰਦੇ ਤੇ ਖਿਡਾਰੀਆਂ ਨੂੰ ਪਿਆਰ ਕਰਦੇ ਹੁੰਦਾ, ਤਾੜੀਆਂ ਜਦ ਵੱਜਦੀਆਂ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆਂ ਦਾ, ਇਹ ਦੁਨੀਆ ਪੁੱਜੇ ਯੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ। 5 ਸ਼ੇਰਾਂ ਵਾਂਗਰਾ ਲੜਦੇ ਆ, ਦੇਖੋ ਚਮਕੂ ਕੌਣ ਸਤਾਰਾ, ਅੱਜ ਅੱਡੀ ਚੋਟੀ ਦਾ ਜ਼ੋਰ ਲੱਗੂ, ਦੁਨੀਆ ਖੜ ਕੇ ਦੇਖੂ ਖੂਬ ਨਜ਼ਾਰਾ, ਦੁਨੀਆ ਖੜ ਕੇ ਦੇਖੂ ਖੂਬ ਨਜ਼ਾਰਾ, ਦੁਨੀਆ ਦੀ ਖੜ ਕਰਕੇ ਨਜ਼ਾਰਾ ਤੱਕੂ ਖੇਡ ਮੈਦਾਨ ਦੇ ਅੰਦਰ। ਆ ਜਿਹੜੇ ਖਿਡਾਰੀ ਪਹੁੰਚੇ ਹੈ ਨਾ, ਇਹ ਉਹ ਖਿਡਾਰੀ ਹੈ ਜਿਨ੍ਹਾਂ ਦੀ ਦੁਨੀਆ ਦੀਵਾਨੀ ਹੈ, ਜਿਨ੍ਹਾਂ ਨੂੰ ਲੋਕ ਪਿਆਰ ਕਰਦੇ ਹੈ। ਅੱਜ ਖੇਡ ਮੈਦਾਨ ਦੇ ਅੰਦਰ ਬਹੁਤ ਸਾਰੇ ਲੋਕ ਔਰ ਪ੍ਰਸਿੱਧ ਦੁਨੀਆ ਦੇ ਮਹਾਨ ਕਬੱਡੀ ਦੇ ਖਿਡਾਰੀ ਸਾਡੇ ਦਰਮਿਆਨ ਪਹੁੰਚੇ ਹੈ। ਪਰਮਜੀਤ ਬਾਗੜੀਆ ਜੀ, ਜਿਨ੍ਹਾਂ ਦੀ ਕਲਮ ਕੱਲੇ ਕੱਲੇ ਖਿਡਾਰੀਆਂ ਦੀ ਬਾਬਤ ਬਾਤ ਪਾਵੇਗੀ, ਸੋ ਅੱਜ ਦੇ ਇਸ ਖੇਡ ਮੇਲੇ ਤੇ ਪਹੁੰਚੇ ਹੈ ਉਹਨਾਂ ਸਾਰੇ ਵੀਰਾਂ ਦਾ। ਇੱਥੇ ਪਹੁੰਚਣ ਦੇ ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈਲਫੇਅਰ ਕਲੱਬ ਡੱਫਰ ਵੱਲੋਂ ਬਹੁਤ ਬਹੁਤ ਸਵਾਗਤ। ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਸਾਹਿਬ, ਸਤਿਕਾਰਯੋਗ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ, ਉਹ ਵੀ ਸਾਡੇ ਦਰਮਿਆਨ ਕੁਝ ਪਲਾਂ ਦੇ ਵਿੱਚ ਪੁੱਜਣ ਵਾਲੇ ਹੈ। ਸੋ ਅੱਜ ਦੇ ਇਸ ਖੇਡ ਮੇਲੇ ਤੇ ਬਾਤ ਬਣ ਕੇ ਮਾਈਕ ਦੇ ਉੱਪਰ ਦੁਨੀਆ ਦੇ ਮਹਾਨ ਬੁਲਾਰਿਆਂ ਦੇ ਵਿੱਚ ਨਾਮ ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈਲਫੇਅਰ ਕਲੱਬ ਡੱਫਰ ਵੱਲੋਂ ਬਾਹਰੋਂ ਜਿੰਨੇ ਵੀ ਦਰਸ਼ਕ ਵੀਰ ਪਹੁੰਚੇ ਹੋਏ ਹੈ, ਜਿੰਨੇ ਵੀ ਖਿਡਾਰੀ ਵੀਰ ਪਹੁੰਚੇ ਹੋਏ ਹੈ, ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ। ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਵਿੰਦਰ ਸਿੰਘ ਜੀ ਵਿਰਕ SHO ਸਾਹਿਬ, ਕਿ ਬੰਦਾ ਬਦਲਣਾ ਚਾਹਵੇ ਆਪਣੇ ਆਪ ਨੂੰ ਬਦਲ ਸਕਦਾ। ਮਾਲਵਾ ਕਲੱਬ ਸਮਰਾਲਾ ਤੇ ਮਾਲਵਾ ਕਲੱਬ ਜਗਰਾਉਂ, ਸਰਦਾਰ ਕੁਲਵਿੰਦਰ ਸਿੰਘ ਜੀ ਵਿਰਕ SHO ਸਾਹਿਬ ਸਾਡੇ ਦਰਬਾਰ ਪਹੁੰਚੇ ਹੋਏ ਹੈ। ਉੱਥੇ ਹੌਲਦਾਰ ਗੁਰਦੇਵ ਸਿੰਘ ਜੀ ਵਿਰਕ ਸਾਹਿਬ, ਗੌਰਮੈਂਟ ਰੇਲਵੇ ਪੁਲਿਸ ਦਸੂਹਾ, ਦੇਬੀ ਕਹਿੰਦੇ ਪਿਆਰ ਦੇ ਨਾਲ, ਉਹ ਵੀ ਅੱਜ ਖੇਡ ਮੇਲੇ ਦੇ ਨਾਲ ਜੁੜੇ ਹੈ। SHO ਸਾਹਿਬ ਹੋਣਾ ਵੱਲੋਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਹੌਲਦਾਰ ਗੁਰਦੇਵ ਸਿੰਘ ਜੀ ਵਿਰਕ ਹੋਣੀ ਪਹੁੰਚੇ ਹੈ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ। ਖੇਡ ਮੈਦਾਨ ਦੇ ਅੰਦਰ ਮੰਗਲ ਟਾਂਡੀ ਵਾਲਾ ਮੰਗਲ ਸਾਡਾ ਵੀਰ, ਜਿੱਥੇ ਕਿਤੇ ਵੀ ਆਵਾਜ਼ ਸੁਣਦਾ ਹੋਵੇ, ਬੈਰੀ ਗੇਟਾਂ ਵਾਲੇ ਵੀਰ ਨੂੰ ਬੇਨਤੀ ਹੈ ਕੁਲਵੀਰ ਸਹੋਤੇ ਦੇ ਨਾਲ ਸੰਪਰਕ ਬਣਾ ਲੈਣ, ਕੁਲਵੀਰ ਸਹੋਤੇ ਦੇ ਨਾਲ।
ਚਲੋ ਕੋਈ ਨੀ ਦੇਖ ਲਾਂਗੇ। ਡਾਕਟਰ ਸਾਹਿਬ ਦੱਸਿਓ ਕਿ ਸ਼ੁਰੂ ਕਰਵਾ ਦਈਏ ਕਿ ਜਾਂ ਠੀਕ ਹੈ ਜੀ। ਹਾਂਜੀ ਦੋਨਾਂ ਟੀਮਾਂ ਨੂੰ ਲਾਈਨ ਅਪ, ਦੋਨਾਂ ਟੀਮਾਂ ਨੂੰ ਲਾਈਨ ਅਪ ਕਰਾ ਦਿਓ। ਕਲੱਬ ਦੇ ਪ੍ਰਧਾਨ ਸਾਹਿਬ ਮੈਨੇਜਰ ਫਕੀਰ ਸਿੰਘ ਜੀ, ਕਲੱਬ ਦੀ ਸਾਰੀ ਟੀਮ, ਪੰਚਾਇਤ ਮੈਂਬਰ, ਸਰਪੰਚ ਸਾਹਿਬ, ਦਿਲਜੀਤ ਸਿੰਘ ਲਾਕਾ, ਡੀ ਆਈ ਜੀ ਸਾਹਿਬ, ਅਤੇ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਰੇ ਜਣੇ ਇੱਕ ਵਾਰੀ ਗਰਾਊਂਡ ਵਿੱਚ ਆਉਣ ਅਤੇ ਦੋਨਾਂ ਟੀਮਾਂ ਨਾਲ ਇੰਟਰੋਡਕਸ਼ਨ ਕਰਵਾ ਕੇ ਅੱਜ ਦੇ ਇਸ ਹਾਂਜੀ 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 8 ਕਬੱਡੀ ਕਲੱਬਾਂ ਦੇ ਜੋ ਮੈਚ ਦੀ ਸ਼ੁਰੂਆਤ ਕੀਤੀ ਜਾਵੇ। ਹਾਂਜੀ ਮਾਲਵਾ ਕਲੱਬ ਸਮਰਾਲੇ ਦੀ ਟੀਮ ਮੇਰੇ ਤੋਂ ਖੱਬੇ ਪਾਸੇ, ਮਾਲਵਾ ਕਲੱਬ ਜਗਰਾਵਾਂ ਮੇਰੇ ਤੋਂ ਸੱਜੇ ਪਾਸੇ। ਦੋਨਾਂ ਟੀਮਾਂ ਨੂੰ ਲਾਈਨ ਅਪ ਕਰਵਾ ਦਿਓ ਜੀ। ਮੈਨੇਜਰ ਫਕੀਰ ਸਿੰਘ ਸੋਹਤਾ ਸਾਹਿਬ ਹੁਣਾਂ ਨੂੰ ਬੇਨਤੀ ਹੈ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਆ ਜਾਓ ਖੇਡ ਮੈਦਾਨ ਦੇ ਅੰਦਰ, ਦੋਨਾਂ ਟੀਮਾਂ ਦੇ ਨਾਲ ਜਾਨ ਪਹਿਚਾਣ ਦੋਨਾਂ ਟੀਮਾਂ ਨੂੰ ਆਸ਼ੀਰਵਾਦ ਦਿੱਤਾ ਜਾਵੇਗਾ। ਦੋਨਾਂ ਟੀਮਾਂ ਦੇ ਨਾਲ ਜਾਨ ਪਹਿਚਾਣ ਕੀਤੀ ਜਾ ਰਹੀ ਹੈ। 23ਵੇਂ ਗੋਲਡ ਕਬੱਡੀ ਕੱਪ ਦੇ ਦੁਨੀਆ ਦੇ ਮਹਾਨ ਕਬੱਡੀ ਦੇ ਖਿਡਾਰੀ ਦੀ ਗੱਲ ਹੋਣ ਜਾ ਰਹੀ ਹੈ, ਮਨਜੋਤ ਮਾਛੀਵਾੜਾ। ਲੀਗ ਮੈਚਾਂ ਦੇ ਵਿੱਚ ਜਿਸ ਖਿਡਾਰੀ ਨੇ ਆਪਣਾ ਨਾਮ ਦੁਨੀਆ ਦੇ ਵਿੱਚ ਪ੍ਰਸਿੱਧ ਕਰ ਦਿੱਤਾ, ਇੱਕ ਨੰਬਰ ਦਾ ਖਿਡਾਰੀ ਜਿਹੜਾ ਮੰਨਿਆ ਗਿਆ ਮਨਜੋਤ ਮਾਛੀਵਾੜਾ ਜੋ ਸਾਡੇ ਦਰਮਿਆਨ ਪਹੁੰਚੇ ਹੋਏ ਹੈ, ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਕਬੱਡੀਆਂ ਦੀ ਗੱਲ ਕਰੂਗਾ। ਪਹਿਲੇ ਮੈਚ ਦੇ ਵਿੱਚ ਲਾਡੀ ਉਟਾਲਾ ਵਰਲਡ ਕੱਪ ਖੇਡਿਆ ਸੀਗਾ ਔਰ ਉਹਨਾਂ ਦੇ ਨਾਲ ਬਾਕੀ ਸਾਰੇ ਪਹਿਲਵਾਨ, ਸਾਰੇ ਕਬੱਡੀ ਦੇ ਖਿਡਾਰੀ ਜਿਹੜੇ ਹੈ ਨਾਮੀ ਪਹੁੰਚੇ ਹੋਏ ਹੈ। ਬਹੁਤ ਤਕੜਾ ਮੈਚ ਖੇਡ ਮੈਦਾਨ ਦੇ ਅੰਦਰ ਖੇਡਿਆ ਜਾਵੇਗਾ, ਬਹੁਤ ਤਕੜਾ ਮੈਚ ਦੋਨਾਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ, ਸਮਰਾਲਾ ਵਰਸਸ ਜਗਰਾਓਂ। ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਜੀ ਹੁਣ ਪਹੁੰਚ ਚੁੱਕੇ ਆ, ਤਾਂ ਉਹ ਗਰਾਊਂਡ ਦੇ ਵਿੱਚ ਆ ਜਾਓ। ਪ੍ਰੋਫੈਸਰ ਸਾਹਿਬ ਜੇ ਪਹੁੰਚੇ ਹੈ ਤਾਂ ਉਹ ਗਰਾਊਂਡ ਦੇ ਵਿੱਚ ਆ ਜਾਣਾ। ਪਹਿਲੇ ਮੈਚ ਦੀ ਗੱਲ ਕਰਨਗੇ ਆਪਣੇ ਮਾਈਕ ਤੋਂ ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਸਾਹਿਬ। ਪ੍ਰਦੀਪ ਹੁਣੀ ਪਹੁੰਚੇ ਹੈ, ਕਬੱਡੀ 365
.com ਵੈਬਸਾਈਟ ਦੁਨੀਆ ਦੇ ਵਿੱਚ ਪ੍ਰਸਿੱਧ ਹੈ ਪ੍ਰਦੀਪ ਤੇ ਹੈਪੀ। ਬਹੁਤ ਹੀ ਸਰਤਾਜਯੋਗ ਸੁਰਿੰਦਰ ਸਿੰਘ ਜੀ ਧੜ ਸਾਹਿਬ UK ਉਹ ਵੀ ਸਾਡੇ ਦਰਮਿਆਨ ਪਹੁੰਚੇ ਹੈ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਮੈਨੇਜਰ ਫਕੀਰ ਸਿੰਘ ਸੋਤਾ ਸਾਹਿਬ ਜੀ ਹੁਣਾਂ ਵੱਲੋਂ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਸਵਾਗਤ। ਬਹੁਤ ਹੀ ਸਤਿਕਾਰਯੋਗ ਸੁਰਿੰਦਰ ਸਿੰਘ ਜੀ ਧੜ ਸਾਹਿਬ UK ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਕਬੱਡੀ ਕੱਪ ਨੂੰ, ਜਿਹੜੇ ਇਸ ਕਬੱਡੀ ਕੱਪ ਦੇ ਮੁੱਖ ਸਪੌਂਸਰ ਨੇ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਮੈਨੇਜਰ ਫਕੀਰ ਸਿੰਘ ਸੋਤਾ ਸਾਹਿਬ ਹੁਣਾਂ ਵੱਲੋਂ। ਕਬੱਡੀ ਪਿੰਡ ਡੱਬਰ ਦੀ ਧਰਤੀ 23ਵਾਂ ਅੰਤਰਰਾਸ਼ਟਰੀ ਗੋਲਡ ਕਬੱਡੀ ਕੱਪ ਬੜੀ ਧੂਮਧਾਮ ਦੇ ਨਾਲ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਸਾਡਾ ਅੱਜ ਦਾ ਪਹਿਲਾ ਮੈਚ ਹੁਣ ਤੋਂ 1-2 ਮਿੰਟ ਬਾਅਦ ਹੀ ਸ਼ੁਰੂ ਹੋਣ ਜਾ ਰਿਹਾ। ਮੈਂ ਸੁਰਿੰਦਰ ਸਿੰਘ ਜੀ ਢੱਟ, ਸਾਡੇ ਜੋ ਮੇਨ ਸਪੌਂਸਰ ਨੇ ਉਹਨਾਂ ਨੂੰ ਜੀਆਂ ਕਹਿੰਦਾ ਹਾਂ। ਸਾਡੇ ਇਸ ਟੂਰਨਾਮੈਂਟ ਦੇ ਵਿੱਚ ਜੰਗ ਬਹਾਦਰ ਸਿੰਘ ਜੀ ਖੁਰਦਾਂ, ਜੋ ਆਪਣੇ ਸਮੇਂ ਦੇ ਬਹੁਤ ਵੱਡੇ ਪਹਿਲਵਾਨ ਹੋਏ ਨੇ, ਕਬੱਡੀ ਦੇ ਖੇਤਰ ਦੇ ਵਿੱਚ ਵਿਸ਼ੇਸ਼ ਯੋਗਦਾਨ ਆ ਸਾਡਾ, ਉਹਨਾਂ ਨਾਲ ਬਹੁਤ ਮੁੱਢ ਤੋਂ ਹੀ ਪਿਆਰ ਆ, ਉਹ ਵੀ ਹੁਣ ਤੋਂ ਕੁਝ ਮਿੰਟਾਂ ਬਾਅਦ ਹੀ ਸਾਡੇ ਵਿੱਚ ਪਹੁੰਚ ਜਾਣਾ ਆ। ਔਰ ਇਸ ਟੂਰਨਾਮੈਂਟ ਨੂੰ ਦੇ ਵਿੱਚ ਉਹ 4 ਜਿਹੜੇ ਮੋਟਰਸਾਈਕਲ ਆ ਉਹ ਦੇਣਗੇ, 2 ਨਾਮੀ ਪਲੇਅਰਾਂ ਅਮਨਾ ਕੌਂਕੇ ਅਤੇ ਇਸਲਾਮੂ ਫੌਜੀ ਜੋ 86 ਵਾਲਾ ਅੱਜ ਕੱਲ੍ਹ ਵਰਲਡ ਕੱਪ ਦਾ ਮੇਨ ਪਲੇਅਰ ਆ ਉਸ ਨੂੰ ਬੁਲਟ ਮੋਟਰਸਾਈਕਲਾਂ ਨਾਲ, ਅਲੀ ਜੋ ਸਾਡੇ ਕਮੈਂਟੇਟਰ ਨੇ ਜਿਨ੍ਹਾਂ ਨੂੰ ਅਸੀਂ ਇਸੇ ਗਰਾਊਂਡ 'ਚ ਅੱਜ ਤੋਂ ਕੁਝ ਸਮਾਂ ਪਹਿਲਾਂ ਵੀ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਸੀਗਾ ਅਤੇ ਅੱਜ ਫਿਰ ਉਹਨਾਂ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕਰਨ ਜਾ ਰਹੇ ਹਾਂ। ਅਲੀ ਸਾਡੇ ਗਰਾਊਂਡ ਦੀ ਪ੍ਰੋਡਕਟ ਆ ਇਸ ਕਰਕੇ, ਅਤੇ ਸ਼ਾਨਾ ਜੋ ਕਲੱਬ ਆ ਉਹ ਸਾਡੇ ਇਸ ਟੂਰਨਾਮੈਂਟ ਨੂੰ 31,000 ਰੁਪਏ ਦਾ ਯੋਗਦਾਨ ਪਾ ਰਿਹਾ। ਮੈਂ ਜੰਗ ਬਹਾਦਰ ਜੀ ਦਾ ਅਤੇ ਸ਼ਾਨਾ ਸਪੋਰਟ ਕਲੱਬ ਜੋ ਹੈ ਸ਼ਾਨਾ ਫਰੈਂਡਸ ਕਲੱਬ ਕੈਨੇਡਾ ਦਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨ ਸਨਮਾਨ ਕੀਤੇ ਜਾਣਗੇ ਅੱਜ ਦੇ ਇਸ ਖੇਡ ਮੇਲੇ ਤੇ। ਡੱਬਰ ਪਿੰਡ ਦਾ ਕਬੱਡੀ ਦਾ ਖਿਡਾਰੀ ਦਵਿੰਦਰ, ਉਸ ਖਿਡਾਰੀ ਦਾ ਵੀ ਮਾਨ ਸਨਮਾਨ ਸਹੋਤਾ ਫਾਰਮ ਜੋਨੀ ਜੀ ਹੁਣਾਂ ਵੱਲੋਂ ਅੱਜ ਕੀਤਾ ਜਾਵੇਗਾ 21,000 ਦੇ ਨਾਲ। ਸਾਰੇ ਦਰਸ਼ਕ ਵੀਰ ਜਿੰਨੇ ਵੀ ਪਹੁੰਚੇ ਹੋ, ਜੇ ਕਬੱਡੀ ਨੂੰ ਪਿਆਰ ਕਰਦੇ ਹੋ ਇੱਕ ਵਾਰ ਤਾੜੀਆਂ ਮਾਰਦੇ ਖੁੱਲ ਕੇ ਜੀ ਕਬੱਡੀ ਦੇ ਵਾਸਤੇ। 23ਵਾਂ ਗੋਲਡ ਕਬੱਡੀ ਕੱਪ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ੁਰੂ ਹੋ ਚੁੱਕਿਆ। ਮੇਰੇ ਤੋਂ ਖੱਬੇ ਪਾਸੇ ਸਮਰਾਲਾ ਤੇ ਮੇਰੇ ਤੋਂ ਸੱਜੇ ਪਾਸੇ ਜਗਰਾਵਾ, ਬਹੁਤ ਹੀ ਵਧੀਆ ਕਬੱਡੀ ਦੇ ਖਿਡਾਰੀ ਜੋਤ ਰਾਮਗੜੀਆ, ਦੁਨੀਆ ਦੇ ਵਿੱਚ ਨਾਮ ਹੈ ਇਸ ਖਿਡਾਰੀ ਦਾ, ਆਪਣੀ ਟੀਮ ਦੇ ਵਾਸਤੇ 1 ਨੰਬਰ ਜੋੜਦਾ ਹੋਇਆ। ਇਸ ਖਿਡਾਰੀ ਦਾ ਨਾਮ ਅਮਨ ਹੈ, ਮੁਕੰਦਪੁਰ ਪਿੰਡ ਹੈ ਇਸ ਖਿਡਾਰੀ ਦਾ, ਕੈਨੇਡਾ ਵੀ ਖੇਡਿਆ, ਇੰਗਲੈਂਡ ਦੀ ਧਰਤੀ ਦੀ ਵੀ ਗੱਲ ਹੋਈ ਹੈ, ਵੱਖ ਵੱਖ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਨਾਮ
ਦਰਜ ਹੈ ਇਸ ਖਿਡਾਰੀ ਦਾ। ਸੋ ਆਪਣੀ ਟੀਮ ਦੇ ਵਾਸਤੇ ਲੱਖਾਂ ਜਿਹਾ ਅੰਕ ਜੋੜਦਾ ਹੋਇਆ ਜਗਰਾਵਾਂ ਦੀ ਟੀਮ ਵੱਲੋਂ ਨੌਜਵਾਨ ਰੇਡ ਪਾਉਣ ਦੇ ਵਾਸਤੇ ਪੰਮਾ ਨੌਜਵਾਨ ਠਿਪਰੀ ਵਾਲੀਆ ਇਸ ਵੇਲੇ ਰੇਡ ਪਾਉਣ ਦੇ ਵਾਸਤੇ ਜਗਰਾਵਾਂ ਦੀ ਟੀਮ ਵੱਲੋਂ ਅੱਗੇ ਵੱਲ ਵੱਧਦਾ ਹੋਇਆ। ਚਾਰ ਖਿਡਾਰੀ ਹੁਣ ਐਨ ਤਿਆਰ ਬਰ ਤਿਆਰ ਨੇ। ਕੌਣ ਡੱਕੂ ਇਸ ਖਿਡਾਰੀ ਨੂੰ ਇਹ ਸਮੇਂ ਦੀਆਂ ਗੱਲਾਂ ਹੋਣਗੀਆਂ। ਲਓ ਇਧਰਲੇ ਪਾਸੇ ਜੋਤ ਰਾਮਗੜ੍ਹ ਸਰਦਾਰਾ ਪਿੰਡ ਹੈ ਇਸ ਖਿਡਾਰੀ ਦਾ ਨਹੀਂ ਦੇਖ ਸਕਿਆ ਤੇ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ। ਅਗਲੀ ਕਬੱਡੀ ਰਾਜੂ ਨਾਮ ਹੈ ਇਸ ਖਿਡਾਰੀ ਦਾ ਕੋਟਲਾ ਭੜੀ ਪਿੰਡ ਵਾਲਾ ਨੌਜਵਾਨ ਰਾਜੂ ਕਹਿੰਦੇ ਸਮਰਾਲੇ ਦੀ ਟੀਮ ਵੱਲੋਂ ਆਹ ਖਿਡਾਰੀ ਵੀ ਲੀਗ ਦੇ ਵਿੱਚ ਕਹਿੰਦੇ ਸਟਾਰ ਸੀਗਾ ਦੁਨੀਆਂ ਦੇ ਵਿੱਚ ਨਾਮ ਹੈ ਇਸ ਖਿਡਾਰੀ ਦਾ ਰਾਜੂ ਦਾ। ਔਰ ਦੂਸਰੇ ਪਾਸੇ ਡਕਲਣ ਦੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਜੱਸਾ ਜੱਸਾ ਸਾਡਾ ਵੀਰ ਕਬੱਡੀ ਦਾ ਖਿਡਾਰੀ ਜਗਰਾਵਾਂ ਦੀ ਟੀਮ ਦਾ ਟੌਪ ਦਾ ਖਿਡਾਰੀ ਹੈ ਦੁਨੀਆਂ ਦੇ ਵਿੱਚ ਨਾਮ ਹੈ ਇਸ ਖਿਡਾਰੀ ਦਾ ਲਾ ਤਗੜਾ ਜੱਫਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਨੰਬਰ ਜੋੜਦਾ ਹੋਇਆ। ਨੋਟਾਂ ਦਾ ਮੀਂਹ ਭਰਾਇਆ ਜਾਵੇਗਾ ਅੱਜ ਦੇ ਇਸ ਕਬੱਡੀ ਕੱਪ ਤੇ। ਨਿਸ਼ਾਨ ਸਿੰਘ ਸ਼ਾਨਾ ਗਰੁੱਪ ਜੰਗ ਬਹਾਦਰ ਖੁਰਦਾ ਵੱਲੋਂ ਦੋ ਮੋਟਰਸਾਈਕਲ ਬੁਲਟ ਇੱਕ ਸਿਟੀ 100 ਮੋਟਰਸਾਈਕਲ ਅੱਜ ਮਾਣ ਸਨਮਾਨ ਵਜੋਂ ਦਿੱਤੇ ਜਾਣਗੇ। ਦੁਨੀਆਂ ਦਾ ਮਹਾਨ ਪਹਿਲਵਾਨ ਪੰਜਾਬ ਕੁਮਾਰ ਔਰ ਹਿੰਦ ਕੇਸਰੀ ਦਾ ਖਿਤਾਬ ਹਾਸਲ ਕਰ ਚੁੱਕਿਆ। ਸੋ ਅੱਜ ਜੰਗ ਬਹਾਦਰ ਖੁਰਦਾ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਵੈਂਟਨ ਕੈਨੇਡਾ ਜਿਨ੍ਹਾਂ ਦਾ ਇਸ ਖੇਡ ਮੇਲੇ ਨੂੰ 31,000 ਦਾ ਯੋਗਦਾਨ ਹੈ ਉਹ ਵੀ ਸਾਡੇ ਦਰਮਿਆਨ ਪਹੁੰਚੇ ਹੈ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ। ਅਗਲੀ ਕਬੱਡੀ ਪਾਉਣ ਦੇ ਵਾਸਤੇ ਜਗਰਾਵਾਂ ਦੀ ਟੀਮ ਦਾ ਖਿਡਾਰੀ ਮਾਲਵਾ ਜਗਰਾਵਾਂ ਦੀ ਟੀਮ ਮੇਰੇ ਤੋਂ ਸੱਜੇ ਪਾਸੇ ਖੇਡ ਰਹੀ ਹੈ। ਕਿੱਟ ਦਾ 2,000 ਰੁਪਇਆ ਜੁਰਮਾਨਾ ਕੀਤਾ ਗਿਆ ਪ੍ਰਬੰਧਕਾਂ ਵੱਲੋਂ। ਬੜੀ ਸਖਤ ਕਹਿੰਦੇ ਵੀ ਗੱਲ ਹੈ, ਕਿੱਟ ਦਾ ਜੁਰਮਾਨਾ ਵੀ ਕੀਤਾ ਗਿਆ ਇਸ ਟੀਮ ਨੂੰ ਕਿਉਂਕਿ ਪੂਰੀ ਕਿੱਟ ਦੇ ਵਿੱਚ ਟੀਮ ਨਹੀਂ ਹੈ ਇਸ ਕਰਕੇ। ਅਗਲੀ ਕਬੱਡੀ ਦੁਨੀਆਂ ਦਾ ਮਹਾਨ ਖਿਡਾਰੀ ਇੱਕ ਵਾਰ ਤਾੜੀਆਂ ਮਾਰ ਦਿਓ ਜੀ ਮਨਜੋਤ ਮਾਛੀਵਾੜਾ, ਆਹ ਖਿਡਾਰੀ ਹੈ ਲੀਗ ਮੈਚਾਂ ਦੇ ਵਿੱਚ ਨਾਮ ਦਰਜ ਕਰਵਾ ਚੁੱਕਿਆ। ਹਾਂ ਬਿੱਟੂ ਜਸਪਾਲ ਬਾਕਰਾਂ ਜੀ, ਸੋ ਉਹਨਾਂ ਵੱਲੋਂ 2,000 ਦਾ ਜੁਰਮਾਨਾ ਕੀਤਾ ਗਿਆ ਟੀਮ ਨੂੰ। ਸੋ ਇਧਰਲੇ ਪਾਸੇ ਮਨਜੋਤ ਮਾਛੀਵਾੜਾ ਜਿਸ ਖਿਡਾਰੀ ਦੀ ਲੋਕ ਕਹਿੰਦੇ ਵੀ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਖਿਡਾਰੀ ਆਪਣੀ ਟੀਮ ਦੇ ਵਾਸਤੇ ਇੱਕ ਨੰਬਰ ਜੋੜਦਾ ਹੋਇਆ। ਲਓ ਇਧਰਲੇ ਪਾਸੇ ਡਕਲਣ ਦੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਸਮਰਾਲੇ ਦੀ ਟੀਮ ਦਾ ਖਿਡਾਰੀ ਜੋਤ ਰਾਮਗੜ੍ਹ ਸਰਦਾਰਾ ਪਿੰਡ ਹੈ ਇਸ ਖਿਡਾਰੀ ਦਾ ਸਮਰਾਲੇ ਦੇ ਵਾਸਤੇ ਇੱਕ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ। ਦੁਨੀਆਂ ਦੇ ਵਿੱਚ ਨਾਂ ਬਣਾਉਣੇ ਬੜੇ ਔਖੇ ਹੈ, ਦੁਨੀਆਂ ਦੇ ਵਿੱਚ ਕਬੱਡੀ ਖਿਡਾਰੀ ਪੈਦਾ ਕਰਨੇ ਬੜੇ ਔਖੇ ਹੈ, ਬੜੀ ਘਾਲਣਾ ਘਾਲਣੀ ਪੈਂਦੀ ਹੈ, ਬਹੁਤ ਸਾਰਾ ਕਹਿੰਦੇ ਵੀ ਮਾਣ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਖਿਡਾਰੀਆਂ ਦੇ ਨਾਮ ਜਿਹੜੇ ਹੈ ਉਹ ਬਣਦੇ ਹੈ। ਅੱਜ ਆਪਾਂ ਇਹਨਾਂ ਖਿਡਾਰੀਆਂ ਨੂੰ ਦੇਖ ਰਹੇ ਹਾਂ ਪਰ ਇਹਨਾਂ ਖਿਡਾਰੀਆਂ ਨੇ ਮਿਹਨਤ ਕੀਤੀ ਹੋਈ ਹੈ, ਦਿਨ ਰਾਤ ਇੱਕ ਕੀਤੇ ਹੋਏ ਹੈ ਤਾਂ ਜਾ ਕੇ ਨਾਮ ਜਿਹੜੇ ਉਹ ਦੁਨੀਆਂ ਦੇ ਬਣਦੇ ਹੈ। ਕਿ ਪੁੱਤ ਪੈਦਾ ਦਾ ਕਰਦੀ ਕੁੱਲ ਦੁਨੀਆਂ, ਮਲ ਬਣਾ ਦੇ ਖਾਲਣੇ ਲੋਕੋ ਬੜੇ ਔਖੇ, ਸੇਵਾ ਪੁੱਤਾਂ ਦੀ ਹੁੰਦੀ ਹੱਡ ਬਾਲ ਕੇ ਜੀ, ਹੱਡ ਬਾਲਣੇ ਲੋਕੋ ਬੜੇ ਔਖੇ,
ਗੱਲੀ ਬਾਤੀ ਕੜਾ ਸਾਰੇ ਕਰ ਲੈਂਦੇ ਪਰ ਪੁੱਤ ਪਾਲਣੇ ਲੋਕੋ ਬੜੇ ਔਖੇ, ਪੁੱਤ ਪਾਲਣੇ ਲੋਕੋ ਬੜੇ ਔਖੇ। ਸੋ ਇਧਰਲੇ ਪਾਸੇ ਨੌਜਵਾਨ ਇੱਕ ਹੋਰ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ, ਰਾਜੂ ਕੋਟਲਾ ਭੜੀ ਪਿੰਡ ਹੈ ਇਸ ਖਿਡਾਰੀ ਦਾ, ਸਮਰਾਲੇ ਦੀ ਟੀਮ ਵੱਲੋਂ ਨੌਜਵਾਨ ਰੇਡ ਪਾਉਂਦਾ ਹੋਇਆ ਰਾਜੂ ਕੋਟਲਾ ਭੜੀ ਔਰ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੋੜਦਾ ਹੋਇਆ। ਡਾਕਟਰ ਸ਼ਵਿੰਦਰ ਸਿੰਘ ਜੀ ਲਾਖਾ ਸਾਹਿਬ ਉਹਨਾਂ ਨੂੰ ਬੇਨਤੀ ਹੈ ਕਿ ਨੈਕਸਟ ਮੈਚ ਦੀਆਂ ਟੀਮਾਂ ਅਨਾਊਂਸਮੈਂਟ ਕਰ ਦਿਓ ਆਪਣੇ ਮਾਈਕ ਤੋਂ। ਬਹੁਤ ਹੀ ਸਤਿਕਾਰਯੋਗ ਡਾਕਟਰ ਸ਼ਵਿੰਦਰ ਸਿੰਘ ਜੀ ਲਾਖਾ ਸਾਹਿਬ। ਹੈਲੋ, ਅਗਲਾ ਮੈਚ ਮੀਰੀ ਪੀਰੀ ਬਿਜਲੀ ਨੰਗਲ ਤੇ ਨਾਨਕਸਰ ਗੁਰਦਾਸਪੁਰ, ਉਹ ਵੀ ਦੋਨੋਂ ਟੀਮਾਂ ਜਿਹੜੀਆਂ ਇਸ ਮੈਚ ਦੇ ਖਤਮ ਹੋਣ ਤੋਂ ਪਹਿਲਾਂ ਗਰਾਊਂਡ ਵਿੱਚ ਆ ਜਾਣ। ਸਾਡੇ ਦਰਮਿਆਨ ਪ੍ਰੋਫੈਸਰ ਮੱਖਣ ਸਿੰਘ ਜੀ ਪਹੁੰਚ ਗਏ ਆ, ਅਸੀਂ ਸਮੂਹ ਕਲੱਬ ਤੇ ਗ੍ਰਾਮ ਪੰਚਾਇਤ ਵੱਲੋਂ ਉਹਨਾਂ ਦਾ ਨਿੱਘਾ ਜਿਹਾ ਕਰਦੇ ਹਾਂ। ਪ੍ਰੋਫੈਸਰ ਮੱਖਣ ਸਿੰਘ ਜੀ ਅਗਲੇ ਮੈਚ ਵਿੱਚ ਫਿਰ ਉਹ ਅਲੀ ਜੀ ਤੁਹਾਡਾ ਇੱਧਰ ਸਾਥ ਦੇਣਗੇ ਨਾਲ। ਪ੍ਰੋਫੈਸਰ ਮੱਖਣ ਸਿੰਘ ਜੀ, ਹਾਂਜੀ ਅਲੀ ਜੀ, ਦੁਨੀਆਂ ਦੇ ਬੇਤਾਜ ਬਾਦਸ਼ਾਹ ਕਮੈਂਟੇਟਰਸ ਦੀ ਦੁਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਹੈ ਪ੍ਰੋਫੈਸਰ ਸਾਹਿਬ ਹੁਣਾਂ ਦਾ, ਸਾਡੇ ਦਰਮਿਆਨ ਪਹੁੰਚੇ ਆ। ਆ ਕਬੱਡੀ ਦਾ ਖਿਡਾਰੀ ਲਾਡੀ ਹੈ ਉਟਾਲੇ ਵਾਲਾ, ਵਰਲਡ ਕੱਪ ਖੇਡਿਆ ਸੀਗਾ, ਇੱਕ ਵਾਰ ਤਾੜੀਆਂ ਮਾਰ ਲਓ ਇਸ ਖਿਡਾਰੀ ਦੇ ਵਾਸਤੇ, ਲਾਡੀ ਉਟਾਲਾ। ਬਹੁਤ ਵਧੀਆ ਨੰਬਰ ਆਪਣੀ ਟੀਮ ਦੇ ਵਾਸਤੇ ਜੁੜਦਾ ਹੋਇਆ ਔਰ ਅਗਲੀ ਕਬੱਡੀ ਪਾਉਣ ਦੇ ਵਾਸਤੇ ਖੇਡ ਮੈਦਾਨ ਦੇ ਅੰਦਰ ਜਗਰਾਵਾਂ ਦੀ ਟੀਮ ਦਾ ਖਿਡਾਰੀ ਮੰਨਾ ਨਾਮ ਹੈ ਇਸ ਖਿਡਾਰੀ ਦਾ, ਔਰ ਦੂਸਰੇ ਪਾਸੇ ਡਕਲਣ ਦੀ ਕੋਸ਼ਿਸ਼ ਕਰਦਾ ਹੋਇਆ ਸਮਰਾਲੇ ਦੀ ਟੀਮ ਦਾ ਖਿਡਾਰੀ ਹੈ ਮਾਲੂ ਮਕੰਦਪੁਰੀਆ। ਕਦੇ ਅਮਨਾ ਖੇਡਦਾ, ਕਦੇ ਮਾਲੂ ਦੀਆਂ ਗੱਲਾਂ ਹੁੰਦੀਆਂ ਨੇ। ਮਾਲੂ ਸਾਡੀ ਖੇਡ ਕਬੱਡੀ ਦਾ ਹੀਰਾ, ਲਾ ਤਗੜਾ ਜਫਾ ਆਪਣੀ ਟੀਮ ਦੇ ਵਾਸਤੇ ਇੱਕ ਨੰਬਰ ਜੋੜਦਾ ਹੋਇਆ। ਮਨਜੋਤ ਕਬੱਡੀ ਦਾ ਮਹਾਨ ਕਬੱਡੀ ਦਾ ਖਿਡਾਰੀ ਮਾਛੀ ਬੜਾ ਰੇਡ ਪਾਉਂਦਾ ਹੋਇਆ, ਔਰ ਦੂਸਰੇ ਪਾਸੇ ਜਗਰਾਓਂ ਦੀ ਟੀਮ ਦਾ ਕਬੱਡੀ ਦਾ ਖਿਡਾਰੀ ਡਕਲਣ ਦੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ। ਮਨਜੋਤ ਮਾਛੀ ਵਾਲਾ ਇੱਕ ਹੋਰ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਵਾਸਤੇ। ਜ਼ੋਰ ਲੱਗ ਰਿਹਾ ਦੋਨਾਂ ਟੀਮਾਂ ਦਾ, ਕੱਲੇ ਕੱਲੇ ਖਿਡਾਰੀ ਦਾ ਜ਼ੋਰ ਲੱਗ ਰਿਹਾ ਇਸ ਵੇਲੇ ਖੇਡ ਮੈਦਾਨ ਦੇ ਅੰਦਰ, ਐਨ ਜਿਹਨੂੰ ਕਹਿੰਦੇ ਆ ਕਿ ਮਿਹਣੋ ਮਿਹਣੀ ਹੋਈ ਪਈ ਜਵਾਨੀ। ਜ਼ੋਰ ਆਪਣੀ ਕਹਾਣੀ ਆਪ ਰਚਦਾ ਹੈ, ਜ਼ੋਰ ਆਪਣੇ ਆਪ ਦੇ ਵਿੱਚ ਬੇਸ਼ਰਮ ਹੁੰਦਾ, ਜ਼ੋਰ ਆਪਣੀ ਕਹਾਣੀ ਆਪ ਰਚਦਾ ਹੈ। ਅੱਜ ਜ਼ੋਰ ਦੇ ਨਾਲ ਖੇਡਦੇ ਹੋਏ ਕਬੱਡੀ ਦੇ ਖਿਡਾਰੀ, ਲਓ ਇੱਕ ਪਾਸੇ ਫਿਰ ਜਗਰਾਵਾਂ ਦੀ ਟੀਮ ਦਾ ਖਿਡਾਰੀ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਜੋੜਦਾ ਹੋਇਆ। ਬਾਊ ਜੀ ਬਟਰ ਬ੍ਰੇਕ, ਠੀਕ ਹੈ ਜੀ। ਗੁਰਮੇਲ ਸਿੰਘ ਮੇਲੋਂ ਜੀ ਮੇਰੇ ਤੋਂ ਸੱਜੇ ਪਾਸੇ ਔਰ ਬਾਊ ਜੀ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਬਿਜਲੀ ਨੰਗਲ ਵਾਲੇ, ਸਾਡੇ ਬਹੁਤ ਹੀ ਮਾਨਯੋਗ ਤੇ ਸਤਿਕਾਰਯੋਗ ਸ਼ਖਸੀਅਤਾਂ ਦੇ ਵਿੱਚ ਬਹੁਤ ਵੱਡੇ ਨਾਮ ਹੈ ਜਿੱਥੇ ਅੱਜ ਦੇ ਇਸ ਖੇਡ ਮੇਲੇ ਤੇ ਆਪੋ ਆਪਣੀਆਂ ਟੀਮਾਂ ਲੈ ਕੇ ਪਹੁੰਚੇ ਹੋਏ ਹੈ। ਪਰਮਜੀਤ ਸਿੰਘ ਹੁਣੀ ਔਰ ਬਹੁਤ ਹੀ ਸਤਿਕਾਰਯੋਗ ਬਿੱਟੂ ਜੀ ਹੁਣੀ ਉਹਨਾਂ ਦੇ ਨਾਲ, ਸੁਖੀ ਬਰਾੜ ਜੀ ਹੁਣੀ ਪਹੁੰਚੇ ਹੈ, ਸਾਰੇ ਕਬੱਡੀ ਦੇ ਕੋਚ ਸਾਹਿਬਾਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ। ਮੇਰੇ ਤੋਂ ਸੱਜੇ ਪਾਸੇ ਕੁਲਵੀਰ ਬਿਜਲੀ ਨੰਗਲ, ਉਹ ਵੀ ਸਾਡੇ ਦਰਮਿਆਨ ਪਹੁੰਚੇ ਹੋਏ ਹੈ। ਸਾਰੀਆਂ ਮਨਯੋਗ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਅਮਨ ਮਕੰਦਪੁਰੀਆ ਸਮਰਾਲੇ ਦੀ ਟੀਮ ਤੋਂ, ਕਬੱਡੀ ਦਾ ਖਿਡਾਰੀ ਦੁਨੀਆਂ ਦਾ ਮਹਾਨ ਹੈ, ਇਧਰਲੇ ਪਾਸੇ ਨੌਜਵਾਨ ਅਮਨ ਮਕੰਦਪੁਰੀਏ ਦੀ ਕਬੱਡੀ ਹੈ ਔਰ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਹਿੱਸੇ ਦੇ ਵਾਸਤੇ
ਜੋੜਨ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਹੰਦਿਆਂ ਦੇ ਵਿਚਕਾਰ ਮੁਕਾਬਲਾ ਦੇ ਪੁਆਇੰਟ ਰਿਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਦੁਨੀਆਂ ਦੇ ਮਹਾਨ ਕਬੱਡੀ ਦੇ ਖਿਡਾਰੀ ਪਹੁੰਚੇ ਹੈ। ਅੱਜ 23ਵਾਂ ਸਾਲ ਹੈ, 23ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਦੇ ਵਿੱਚ ਪੁੱਜੀਆਂ ਹੋਈਆਂ ਸਾਰੀਆਂ ਟੀਮਾਂ ਦਾ ਇੱਥੇ ਪਹੁੰਚਣ ਤੇ ਮੈਨੇਜਰ ਫੱਕੀ ਸਿੰਘ ਸੋਹਤਾ ਸਾਹਿਬ ਔਰ ਉਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਕਮਲਜੀਤ ਚੱਠਾ ਜੀ, ਦੁਨੀਆਂ ਦੇ ਮਹਾਨ ਕਬੱਡੀ ਦੇ ਖਿਡਾਰੀ ਹੈ ਆਪੋ ਆਪਣੇ ਸਮਿਆਂ ਦੇ, ਉਹਨਾਂ ਦੇ ਨਾਲ ਸਰਦਾਰ ਦਲਜੀਤ ਸਿੰਘ ਜੀ, ਲਾਖਾ ਸਾਹਿਬ ਡੀ ਆਈ ਜੀ, ਦੁਨੀਆਂ ਦੇ ਮਹਾਨ ਕਬੱਡੀ ਦੇ ਖਿਡਾਰੀਆਂ ਦੇ ਵਿੱਚ ਨਾਮ ਹੈ ਮੁੱਖ ਸਪੋਂਸਰ ਅੱਜ ਦੇ ਕਬੱਡੀ ਕੱਪ ਦੇ, ਸੁਰਿੰਦਰ ਸਿੰਘ ਜੀ ਢੱਟ ਸਾਹਿਬ ਯੂਕੇ ਵਾਲੇ, ਉਹ ਵੀ ਸਾਡੇ ਦਰਮਿਆਨ ਪਹੁੰਚੇ ਹੈ, ਉਹ ਵੀ ਇਸ ਕਬੱਡੀ ਕੱਪ ਦੇ ਮੁੱਖ ਸਪੋਂਸਰ ਨੇ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਮੈਨੇਜਰ ਫੱਕੀ ਸਿੰਘ ਸੋਹਤਾ ਸਾਹਿਬ ਉਹਨਾਂ ਵੱਲੋਂ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਸਵਾਗਤ। ਰੇਡ ਨੌਜਵਾਨ ਇਸ ਵੇਲੇ ਪਾਉਂਦਾ ਹੋਇਆ ਦੂਸਰੇ ਪਾਸੇ ਪਾਲਾ ਡਡਵਿੰਦੀ, ਬਹੁਤ ਦੁਨੀਆਂ ਦਾ ਮਹਾਨ ਕਬੱਡੀ ਦਾ ਖਿਡਾਰੀ ਹੈ ਪਾਲਾ ਡਡਵਿੰਦੀ, ਜਗਰਾਉਂ ਦੀ ਟੀਮ ਦੇ ਵਾਸਤੇ ਇੱਕ ਨੰਬਰ ਜੁੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਵਾਸਤੇ ਖੇਡ ਮੈਦਾਨ ਦੇ ਅੰਦਰ ਜਗਰਾਉਂ ਦੀ ਟੀਮ ਵੱਲੋਂ ਅਮਰੀਕ ਬਰਨਾਲੇ ਦੀ ਕਬੱਡੀ ਹੈ, ਅਮਰੀਕ ਬਰਨਾਲੇ ਵਾਲਾ ਰੇਡ ਪਾਉਂਦਾ ਹੋਇਆ ਕਰਕੇ ਯਾਦ ਗੁਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ, ਜਿਸ ਜਾਫੀ ਪਕੜ ਬਣਾਈ ਲਾਵੇ ਉਹ ਰੇਡਰ ਦੀ ਬ੍ਰੇਕ, ਜਿੱਥੇ ਰੇਡਾਂ ਪੈਂਦੀਆਂ ਧਰਤੀ ਵਿੱਚ ਪੈਂਦੇ ਸ਼ੇਕ, ਮੈਚ ਅਗਰ ਉਹਨੇ ਜਿੱਤਣਾ ਜਿਹਦੇ ਜਿੱਤ ਲਿਖੀ ਵਿੱਚ ਲੇਖ। ਗੁਰਮੇਲ ਸਿੰਘ ਜੀ ਮੇਲੋ ਸਾਹਿਬ ਇਸ਼ਾਰਾ ਕਰਦੇ ਹੋਏ ਕਿ ਡਬਲ ਟੱਚ ਹੈ ਔਰ ਪੁਆਇੰਟ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਨੈਕਸਟ ਕਬੱਡੀ ਸਮਰਾਲੇ ਦੀ ਟੀਮ ਵੱਲੋਂ ਲਾਡੀ ਉਟਾਲਾ ਔਰ ਉਧਰਲੇ ਪਾਸੇ ਕੁਲਵੀਰ ਸਿੰਘ ਜੀ ਇਸ਼ਾਰਾ ਕਰਦੇ ਹੋਏ ਕਿ ਪੁਆਇੰਟ ਜਿਹੜਾ ਉਹ ਰੇਡਰ ਦੇ ਹਿੱਸੇ, ਪੁਆਇੰਟ ਸਮਰਾਲੇ ਦੀ ਟੀਮ ਦੇ ਹਿੱਸੇ ਹੈ। ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਇਸ ਖੇਡ ਮੇਲੇ ਦੇ ਪਹੁੰਚੇ ਹੈ, ਲੱਖ ਲੱਖ ਮੁਬਾਰਕਬਾਦ ਮੈਨੇਜਰ ਫੱਕੀ ਸਿੰਘ ਸੋਹਤਾ ਸਾਹਿਬ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ। ਮੰਨੇ ਦੀ ਕਬੱਡੀ ਹੈ ਜਗਰਾਵਾਂ ਦੀ ਟੀਮ ਵੱਲੋਂ ਔਰ ਦੂਸਰੇ ਪਾਸੇ ਜੋਤ ਜੋਤ ਰਾਮਗੜ ਲਾ ਤਗੜਾ ਜੱਫਾ ਆਪਣੀ ਟੀਮ ਦੇ ਵਾਸਤੇ ਇੱਕ ਨੰਬਰ ਜੋੜਦਾ ਹੋਇਆ। ਖੇਡ ਮੈਦਾਨ ਦੇ ਅੰਦਰ ਮਨਜੋਤ ਮਾਛੀਵਾੜਾ ਰੇਡ ਪਾਉਂਦਾ ਹੋਇਆ ਹੌਲੀ ਹੌਲੀ, ਕਹਿੰਦੇ ਵੀ ਭੱਪ ਧਰਦਾ ਹੋਇਆ ਹੌਲੀ ਹੌਲੀ ਪੈਰ ਧਰਦਾ, ਬਾਂਹ ਕੱਢ ਕੇ ਕਬੱਡੀਆਂ ਪਾਵੇ, ਨੀ ਮੁੰਡਾ ਸਰੂ ਜਿਖੇ ਕੱਦ ਵਰਗਾ ਇੱਕੋ ਝਟਕੇ ਹੀ ਧਰਤ ਖਿਲਾਵੇ। ਪੁਆਇੰਟ ਸਮਰਾਲੇ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇੱਕ ਹੋਰ ਨੰਬਰ ਅੱਜ ਦੇ ਇਸ ਖੇਡ ਮੇਲੇ ਤੇ। ਬਹੁਤ ਵੱਡਾ ਸਤਿਕਾਰ, ਬਹੁਤ ਵੱਡਾ ਪਿਆਰ, ਮਾਂ ਬੋਲੀ ਪੰਜਾਬੀ ਦੇ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਹੀ ਸਤਿਕਾਰਯੋਗ ਸਹੋਤਾ ਫਾਰਮ ਵਾਲੇ ਸਾਡੇ ਜੋਨੀ ਜੀ ਹੁਣੇ, ਜਿੱਥੇ ਦਵਿੰਦਰ ਸਿੰਘ ਉਹਨਾਂ ਦਾ 21,000 ਦੇ ਨਾਲ ਮਾਨ ਸਨਮਾਨ ਕਰਨਗੇ, ਮੇਰੇ ਵਾਸਤੇ ਮਾਂ ਬੋਲੀ ਪੰਜਾਬੀ ਦੇ ਬੋਲਾਂ ਤੋਂ ਖੁਸ਼ ਹੋ ਕੇ 1,000 ਦਾ ਮਾਨ ਸਨਮਾਨ ਭੇਜਦੇ ਹੋਏ ਜੋਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ, ਜੋਨੀ ਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ। ਲਓ ਉਹਦੇ ਪਾਸੇ ਕਾਕਾ ਝਾੜ ਸਾਹਿਬ ਦਾ ਹੈ ਜਾਫੀ ਨੌਜਵਾਨ, ਜੋ ਇਸ ਵੇਲੇ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਸਮਰਾਲੇ ਦੀ ਟੀਮ ਦਾ ਖਿਡਾਰੀ ਕਾਕਾ ਝਾੜ ਸਾਹਿਬ ਦੀ ਧਰਤੀ ਦਾ ਲਾ ਤਗੜਾ ਜੱਫਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੁੜਦਾ ਹੋਇਆ। ਚੱਲ ਹਾਂ ਅਮਨ ਸਿਆਹ ਪਾ ਕਬੱਡੀ ਨੌਜਵਾਨਾਂ ਕੇ ਕੱਪੜੇ ਲਾ ਕੇ ਵਿੱਚ ਮੈਦਾਨੇ ਛੂਕਦੇ ਕਿੰਨੇ ਆਉਂਦੇ, ਨੰਗੇ ਪਿੰਡਿਆਂ ਉੱਤੇ ਯਾਰੋ ਮਸਲ ਗੀਤ ਨੇ ਗਾਉਂਦੇ, ਖਿਡਾਰੀ ਖੇਡ ਕਬੱਡੀ ਦੇ ਪੂਰਾ ਹੁਨਰ ਬਗਾਉਂਦੇ ਨੇ, ਕਿ ਰੇਡਾਂ ਪਾਉਂਦੇ ਨੇ ਕਿ ਜੱਫੇ ਲਾਉਂਦੇ ਨੇ, ਕਿ ਰੇਡਾਂ ਪਾਉਂਦੇ ਨੇ ਕਿ ਜੱਫੇ ਲਾਉਂਦੇ ਨੇ। ਖੇਡ ਮੈਦਾਨ ਦੇ ਅੰਦਰ ਅਮਨ ਮੁਕੰਦਪੁਰ ਦਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੁੜਦਾ ਹੋਇਆ।
ਲਓ ਅਗਲੇ ਪਾਸੇ ਅਗਲੀ ਕਬੱਡੀ ਪਾਉਣ ਦੇ ਵਾਸਤੇ ਪੰਮਾ ਠੀਕਰੀਵਾਲ ਦੀ ਧਰਤੀ ਦਾ ਜਗਰਾਨਾ ਦੀ ਟੀਮ ਵੱਲੋਂ ਇਸ ਵੇਲੇ ਰੇਡ ਪਾਉਂਦਾ ਹੋਇਆ ਚਾਰ ਖਿਡਾਰੀਆਂ ਦੇ ਉੱਪਰ ਹਮਲਾ ਬੋਲਦਾ ਹੋਇਆ ਨੌਜਵਾਨ ਕੌਣ ਦੇਖੋ ਇਸ ਖਿਡਾਰੀ ਨੂੰ ਚਾਰ ਖਿਡਾਰੀਆਂ ਦੇ ਵਿੱਚੋਂ ਐਨ ਬੁੰਦਬੰਦੀ ਬਣੀ ਹੋਈ ਹੈ ਔਰ ਜੋਤ ਰਾਮਗੜੀਆ ਜੋਤ ਰਾਮਗੜ ਹਲਕੀ ਜੀ ਕੋਸ਼ਿਸ਼ ਕਰਦਾ ਹੋਇਆ ਤਾਂ ਪੁਆਇੰਟ ਮੰਮਾ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਲੱਕੀ ਕਦੋਂ ਸਮਰਾਲੇ ਦੀ ਟੀਮ ਵੱਲੋਂ ਨੌਜਵਾਨ ਇਸ ਵੇਲੇ ਰੇਡ ਪਾਉਂਦਾ ਹੋਇਆ ਨੰਗੇ ਪਿੰਡੇ ਜਵਾਨੀ ਚਮਕਦੀ ਹੈ ਜਿਵੇਂ ਚਮਕਦਾ ਸੋਨਾ ਸੁਨਿਆਰ ਦਾ ਏ ਕਬੱਡੀ ਖੇਡ ਕੇ ਜ਼ੋਰ ਦਿਖਾ ਬੰਦੇ ਲਈ ਜੋਸ਼ ਗੱਭਰੂ ਅੱਜ ਖਾਟਾ ਪਿਆ ਮਾਰਦਾ ਏ ਜੱਸਾ ਕੋਟ ਫਤਾ ਜਗਰਾਓ ਦੀ ਟੀਮ ਦੇ ਵਾਸਤੇ ਜੱਸਾ ਕੋਟ ਫਤਾ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਜਗਰਾਓ ਦੀ ਟੀਮ ਵੱਲੋਂ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਬਿਨਾਂ ਕਿਸੇ ਦੇਰੀ ਤੋਂ ਖੇਡ ਮੈਦਾਨ ਦੇ ਵਿੱਚ ਆ ਜਾਣ ਬਿਨਾਂ ਕਿਸੇ ਦੇਰੀ ਤੋਂ ਖੇਡ ਮੈਦਾਨ ਦੇ ਵਿੱਚ ਆ ਜਾਣ ਇੱਕ ਪਾਸੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਔਰ ਦੂਸਰੇ ਪਾਸੇ ਮੀਰੀ ਪੀਰੀ ਕਬੱਡੀ ਕਲੱਬ ਬਿਜਲੀ ਨੰਗਲ ਬਿਨਾਂ ਕਿਸੇ ਦੇਰੀ ਤੋਂ ਖੇਡ ਮੈਦਾਨ ਦੇ ਵਿੱਚ ਆ ਜਾਣ ਲਓ ਉਹਦੇ ਪਾਸੇ ਜਗਰਾਓ ਦੀ ਟੀਮ ਦਾ ਖਿਡਾਰੀ ਇੱਕ ਹੋਰ ਨੰਬਰ ਆਪਣੀ ਟੀਮ ਦੇ ਵਾਸਤੇ ਜੁੜਦਾ ਹੋਇਆ ਅਗਲੀ ਕਬੱਡੀ ਲਾਡੀ ਉਟਾਲਾ ਪਿੰਡ ਹੈ ਲੁਧਿਆਣੇ ਦਾ ਏਰੀਆ ਦੁਨੀਆ ਦੇ ਵਿੱਚ ਨਾਮ ਹੈ ਇਸ ਖਿਡਾਰੀ ਦਾ ਵਿਸ਼ਵ ਕਬੱਡੀ ਕੱਪ ਦੇ ਵਿੱਚ ਵੀ ਗੱਲਾਂ ਹੋਈਆਂ ਸਨ ਇਧਰਲੇ ਪਾਸੇ ਲਾਡੀ ਉਟਾਲੇ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਦਾ ਇਜ਼ਾਫਾ ਕਰਦਾ ਹੋਇਆ ਇੱਕ ਹੋਰ ਨੰਬਰ ਦਾ ਵਾਧਾ ਕਰਦਾ ਹੋਇਆ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਆਓ ਖੇਡ ਮੈਦਾਨ ਦੇ ਅੰਦਰ ਦੁਨੀਆ ਭਰ ਦੇ ਅੱਜ ਸਾਡੇ ਦਰਸ਼ਕ ਵੀਰ ਇਸ ਖੇਡ ਮੇਲੇ ਦੇ ਨਾਲ ਜੁੜੇ ਹੋਏ ਨੇ 23ਵਾਂ ਸਾਲ ਹੈ 23ਵੇਂ ਸਾਲ ਦੇ ਵਿੱਚ ਪੁੱਜੇ ਹੋਏ ਅੱਜ 23ਵੇਂ ਗੋਲਡ ਕਬੱਡੀ ਕੱਪ ਦੀ ਗੱਲ ਪਿੰਡ ਡੱਪੜ ਦੀ ਧਰਤੀ ਤੇ ਹੋ ਰਹੀ ਹੈ ਔਰ ਪਹੁੰਚੇ ਹੋਏ ਸਾਰੇ ਦਰਸ਼ਕਾਂ ਦਾ ਮੈਨੇਜਰ ਫੱਕੀ ਸਿੰਘ ਸੋਧਾ ਸਾਹਿਬ ਹੋਣਾ ਵੱਲੋਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਹੈ ਇਧਰਲੇ ਪਾਸੇ ਨੌਜਵਾਨ ਰੇਡ ਪਾਉਂਦਾ ਹੋਇਆ ਜਗਰਾਓ ਦੀ ਟੀਮ ਦਾ ਖਿਡਾਰੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੇਲ ਸਿੰਘ ਜੀ ਮੇਲੋ ਇਸ਼ਾਰਾ ਕਰਦੇ ਹੋਏ ਕਿ ਪੁਆਇੰਟ ਜਾਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਇੱਕ ਹੋਰ ਨੰਬਰ ਦਾ ਵਾਧਾ ਕਰਦਾ ਹੋਇਆ ਨੌਜਵਾਨ ਨੈਕਸਟ ਮੈਚ ਦੀਆਂ ਦੋਨੋਂ ਟੀਮਾਂ ਜਲਦੀ ਤੋਂ ਜਲਦੀ ਆਓ ਖੇਡ ਮੈਦਾਨ ਦੇ ਅੰਦਰ ਖੇਡਣ ਦੇ ਵਾਸਤੇ ਬਿਨਾਂ ਕਿਸੇ ਦੇਰੀ ਤੋਂ ਸਮਰਾਲੇ ਦੀ ਟੀਮ ਵੱਲੋਂ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਜਗਰਾਓ ਦੀ ਟੀਮ ਦਾ ਕਬੱਡੀ ਦਾ ਖਿਡਾਰੀ ਲਾ ਤਕੜਾ ਜੱਫਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਨੰਬਰ ਦਾ ਵਾਧਾ ਕਰਦਾ ਹੋਇਆ ਜੱਟ ਮਾਝੇ ਦਾ ਲਾ ਤਕੜਾ ਜੱਫਾ ਆਪਣੀ ਟੀਮ ਦੇ ਵਾਸਤੇ ਇੱਕ ਨੰਬਰ ਜੁੜਦਾ ਹੋਇਆ ਦਲਜੀਤ ਸਿੰਘ ਲੰਬੜ ਦੁਨੀਆ ਦਾ ਮਹਾਨ ਕਬੱਡੀ ਦਾ ਖਿਡਾਰੀ ਹੈ ਅੱਜ ਕੈਨੇਡਾ ਦੀ ਧਰਤੀ ਤੋਂ WWW ਕਬੱਡੀ 365 .com ਦੇ ਜ਼ਰੀਏ ਤੱਕਦੇ ਹੋਏ ਅੱਜ ਕੈਨੇਡਾ ਤੋਂ ਬੈਠ ਕੇ ਇਸ ਕਬੱਡੀ ਦਾ ਆਨੰਦ ਮਾਣਦੇ ਹੋਏ ਜਸਵੰਤ ਨੂੰ ਜੱਸਾ ਕਹਿੰਦੇ ਪਿਆਰ ਦੇ ਨਾਲ ਕਦੇ ਜੱਸੇ ਦੀ ਗੱਲ ਹੋਈ
ਕਦੇ ਲੰਬੜ ਦੀ ਗੱਲ ਇਸ ਪਿੰਡ ਦੇ ਵਾਸਤੇ, ਕਦੇ ਕਾਕੇ ਦੀ ਗੱਲ, ਕਦੇ ਕੁਲਵੀਰ ਸਹੋਤੇ ਦੀ ਗੱਲ। ਮਾਂ ਖੇਡ ਕਬੱਡੀ ਦੇ ਖਿਡਾਰੀ ਹੈ ਦੁਨੀਆਂ ਦੇ ਵਿੱਚ ਨਾਮ ਦਲਜੀਤ ਸਿੰਘ ਲੰਬੜ ਦਾ, ਅੱਜ ਬਾਹਰਲੇ ਦੇਸ਼ਾਂ ਤੋਂ ਸਾਡੇ ਨਾਲ ਜੁੜੇ ਹੋਏ ਨੇ। ਬਹੁਤ ਹੀ ਸਤਿਕਾਰਯੋਗ ਨੰਬਰਦਾਰ ਸੋਹਣ ਸਿੰਘ ਜੀ, ਜਿਨ੍ਹਾਂ ਦਾ ਬੇਟਾ ਦੁਨੀਆਂ ਦਾ ਮਹਾਨ ਕਬੱਡੀ ਦਾ ਖਿਡਾਰੀ ਹੈ, ਉਹ ਵੀ ਇਸ ਖੇਡ ਮੇਲੇ ਦੇ ਨਾਲ ਜੁੜੇ ਹੋਏ ਨੇ। ਹਾਂਜੀ ਡਾਕਟਰ ਸਾਹਿਬ, ਆ ਮੈਚ ਜਿਹੜਾ ਤੁਹਾਡੇ ਸਾਹਮਣੇ ਆਇਆ, ਫਸਟ ਹਾਫ ਦਾ ਸਕੋਰ ਜਿਹੜਾ ਇਸ ਤਰ੍ਹਾਂ, ਜਗਰਾਓ ਕਲੱਬ 15 ਨੰਬਰ ਤੇ ਸਮਰਾਲਾ ਕਲੱਬ 19.5। ਅਗਲੀਆਂ ਟੀਮਾਂ ਦੋਨੋਂ ਜਿਹੜੀਆਂ ਉਹ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆ ਜਾਣ। ਮੀਰੀ ਪੀਰੀ ਬਿਜਲੀ ਨਗਰ ਨਾਨਕਸਰ ਗੁਰਦਾਸਪੁਰ। ਹਾਂਜੀ ਹਾਂਜੀ ਸਾਰੇ ਕਬੱਡੀ ਦੇ ਖਿਡਾਰੀ, ਸਾਰੇ ਕੋਚ ਸਾਹਿਬਾਨ ਇਸ ਖੇਡ ਮੇਲੇ ਦੇ ਨਾਲ ਜੁੜੇ ਹੋਏ ਨੇ। ਹੁਣ ਸਾਈਡਾਂ ਚੇਂਜ ਹੋ ਚੁੱਕੀਆਂ ਨੇ। ਮੇਰੇ ਤੋਂ ਸੱਜੇ ਪਾਸੇ ਸਮਰਾਲਾ ਤੇ ਮੇਰੇ ਤੋਂ ਖੱਬੇ ਪਾਸੇ ਜਗਰਾਓ। ਇਸ ਵੇਲੇ ਦੋਨਾਂ ਟੀਮਾਂ ਦਾ ਚੱਲਦਾ ਹੋਇਆ ਮੈਚ, ਦੁਨੀਆਂ ਦੇ ਮਹਾਨ ਕਬੱਡੀ ਦੇ ਖਿਡਾਰੀ, ਬਹੁਤ ਹੀ ਸਤਿਕਾਰਯੋਗ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ, ਜਿਨ੍ਹਾਂ ਦੀ ਫੁੱਲਾਂ ਵਰਗੀ ਹਾਜ਼ਰੀ ਹੋ ਚੁੱਕੀ ਹੈ, ਫੁੱਲਾਂ ਵਰਗੀ ਆਮਦ ਹੋ ਚੁੱਕੀ ਹੈ, ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ, ਬਹੁਤ ਬਹੁਤ ਸਵਾਗਤ। ਬਹੁਤ ਹੀ ਸਤਿਕਾਰਯੋਗ ਸਰਦਾਰ ਸੁਰਜਨ ਸਿੰਘ ਜੀ ਚੱਠਾ ਸਾਹਿਬ ਜੋ ਸਾਡੇ ਦਰਮਿਆਨ ਪਹੁੰਚੇ ਹੈ, ਨਾਰਥ ਇੰਡੀਆ ਫੈਡਰੇਸ਼ਨ ਦੇ ਥੰਮ, ਜਿਨ੍ਹਾਂ ਦੇ ਬੈਨਰ ਦੇ ਹੇਠ 8 ਅਕੈਡਮੀਜ਼ ਦੀਆਂ ਟੀਮਾਂ ਪੜਦੀਆਂ ਨੇ। ਡੀਡੀ ਪੰਜਾਬੀ ਤੇ ਖੁਸ਼ਬੂ ਪੰਜਾਬ ਦੀ ਸਵੇਰੇ 10:10 ਦੇ ਇਸ ਕਬੱਡੀ ਕੱਪ ਦਾ ਲੇਖਾ ਜੋਖਾ ਐਤਵਾਰ ਨੂੰ ਦਿਖਾਇਆ ਜਾਵੇਗਾ। ਖੁਸ਼ਬੂ ਪੰਜਾਬ ਦੀ ਸਵੇਰੇ 10:10 ਦਾ ਸਮਾਂ ਹੋਵੇਗਾ ਐਤਵਾਰ। ਪ੍ਰਵੀਨ ਸ਼ਰਮਾ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਦਰਮਿਆਨ ਅੱਜ ਕਵਰੇਜ ਕਰਦੇ ਹੋਏ ਇਸ ਖੇਡ ਮੇਲੇ ਨੂੰ। ਵੱਖ ਵੱਖ ਸ਼ਖਸੀਅਤਾਂ, ਵੱਖ ਵੱਖ ਪਿੰਡਾਂ ਤੋਂ ਪਹੁੰਚੇ ਹੋਏ ਲੋਕ, ਜਿੰਨੇ ਵੀ ਇਸ ਖੇਡ ਮੇਲੇ ਤੇ ਪਹੁੰਚੇ ਆ, ਸਾਰੇ ਵੀਰਾਂ ਦਾ ਪ੍ਰਿੰਸੀਪਲ ਹੇਮਰਾਜ ਸਪੋਰਟਸ ਐਂਡ ਵੈਲਫੇਅਰ ਕਲੱਬ ਡੱਬਰ ਵੱਲੋਂ ਬਹੁਤ ਬਹੁਤ ਸਵਾਗਤ ਹੈ, ਬਹੁਤ ਬਹੁਤ ਸਵਾਗਤ ਹੈ। ਜਿੰਨੀਆਂ ਵੀ ਮਨਯੋਗ ਤੇ ਸਤਿਕਾਰਯੋਗ ਸ਼ਖਸੀਅਤਾਂ ਇਸ ਖੇਡ ਮੇਲੇ ਤੇ ਪਹੁੰਚੀਆਂ ਹੋਈਆਂ ਨੇ, ਬਾਹਰਲੇ ਦੇਸ਼ਾਂ ਤੋਂ ਫੋਨ ਔਰ ਬਾਹਰਲੇ ਦੇਸ਼ਾਂ ਤੋਂ ਕਬੱਡੀ 365.com ਦੇ ਜ਼ਰੀਏ ਅੱਜ ਇਸ ਖੇਡ ਮੇਲੇ ਨੂੰ ਤੱਕਦੇ ਹੋਏ ਸਾਰੇ ਲੋਕ, ਤੱਕਦੀ ਹੋਈ ਸਾਰੀ ਦੁਨੀਆ, ਮਨਜੋਤ ਮਾਛੀਵਾੜੇ ਦੀ ਧਰਤੀ ਦਾ ਆਪਣੀ ਟੀਮ ਦੇ ਵਾਸਤੇ ਇੱਕ ਹੋਰ ਨੰਬਰ ਜੋੜਦਾ ਹੋਇਆ। ਖੇਡ ਉਹ ਪੰਜਾਬ ਦੀ ਕਬੱਡੀ ਖੇਡ ਜੀ, 75 ਦਾ ਪਾੜਾ ਸੌਂਕਣ ਦੇ ਵਿੱਚ ਹੰਦੇ 2 ਹੁੰਦੇ, 4 ਹੁੰਦੇ ਜਾਂ ਫੀ ਪਾਵੇ ਕੱਲਾ ਜਾਣਾ ਰੇਡ ਜੀ, ਰਸ਼ੀਦ ਵਾਲਾ ਕਾਲਾ ਆਖੇ ਵੇਖ ਕੇ ਸਰੂਰ ਆਉਂਦਾ, ਲੱਗਦਾ ਹੈ ਜ਼ੋਰ ਹੁੰਦਾ ਸਾਨਾ ਵਾਲਾ ਭੇੜ ਜੀ, ਲੱਗਦਾ ਹੈ ਜ਼ੋਰ ਹੁੰਦਾ ਸਾਨਾ ਵਾਲਾ ਭੇੜ ਜੀ। ਸਾਨਾ ਦਾ ਭੇੜ ਇਸ ਵੇਲੇ ਖੇਡ ਮੈਦਾਨ ਦੇ ਅੰਦਰ ਦੋਨਾਂ ਟੀਮਾਂ ਦੇ ਵਿਚਕਾਰ, ਸਾਨਾ ਦਾ ਭੇੜ ਇਸ ਵੇਲੇ ਦੋਨਾਂ ਟੀਮਾਂ ਦੇ ਵਿਚਕਾਰ ਖੇਡ ਮੈਦਾਨ ਦੇ ਅੰਦਰ, ਦੁਨੀਆਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਖੇਡਦੇ ਹੋਏ, ਅਮਨ ਮਕੰਦਪੁਰੀਆ, ਮਨਜੋਤ ਮਾਛੀਵਾੜਾ, ਲਾਡੀ ਉਟਾਲਾ,
ਕਹਿੰਦੇ ਵੀ ਜੱਟ ਹੋਣੇ ਪਹੁੰਚੇ ਹੋਏ ਸਾਰੇ ਕਬੱਡੀ ਦੇ ਖਿਡਾਰੀ ਜਿਹੜੇ ਆ ਉਹ ਨਾਮੇ ਹੀ ਹੈ। ਲਓ ਉਹਦੇ ਪਾਸੇ ਨੌਜਵਾਨ ਰੇਡ ਪਾਉਣ ਦੇ ਵਾਸਤੇ ਜਗਰਾਵਾਂ ਦੀ ਟੀਮ ਦਾ ਖਿਡਾਰੀ ਪੰਮਾ ਠੀਕਰੀਵਾਲ, ਪੰਮਾ ਠੀਕਰੀਵਾਲ ਦੀ ਕਬੱਡੀ ਹੈ। ਔਰ ਦੂਸਰੇ ਪਾਸੇ ਸੋਨੂ ਉਟਾਲੇ ਪਿੰਡ ਵਾਲਾ, ਇਸ ਖਿਡਾਰੀ ਦਾ ਵੀ ਉਟਾਲਾ ਪਿੰਡ ਹੈ, ਜਿੱਥੋਂ ਦਾ ਲਾਡੀ ਉਸੇ ਪਿੰਡ ਵਾਲਾ ਨੌਜਵਾਨ। ਔਰ ਨਹੀਂ ਦੱਸ ਸਕਿਆ ਇਸ ਖਿਡਾਰੀ ਨੂੰ ਤਾਂ ਪੁਆਇੰਟ ਜਗਰਾਓ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਲੱਕੀ ਪੱਦੋਂ ਦੀ ਪਈ ਹੋਈ ਕਬੱਡੀ, ਲੱਕੀ ਨਾਮ ਹੈ ਇਸ ਖਿਡਾਰੀ ਦਾ, ਵਦਨ ਗੁੰਦਮਾ ਸਰੀਰ ਵਿੱਚ ਜਾਨ ਹੋਵੇ, ਨਾਲੇ ਚਾਹੀਦਾ ਇਰਾਦਾ ਮਜ਼ਬੂਤ। ਲੋਕੋ ਗੇਮ ਸੁਧਰਦੀ ਸਿੱਖ ਕੇ ਕੋਚ ਕੋਲੋਂ, ਚਮੜੇ ਨੂੰ ਸੁਧਾਰੇ ਜਿਵੇਂ ਕਲਬੂਤ। ਲੋਕੋ ਚਮੜੇ